ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਪਏ ਅਰਸ਼ਦ ਅਲੀ ਟੀ ਵੀ ਅਤੇ ਮੈਂ ਹਾਂ ਤੁਹਾਡਾ ਮੇਜ਼ਬਾਨ ਅਰਸ਼ਦ ਅਲੀ ਜੋਈਆ। ਅਤੇ ਜਿਵੇਂ ਕਿ ਜਨਾਬ ਤੁਹਾਨੂੰ ਪਤਾ ਹੈ ਕਿ ਮੈਂ ਹਰ ਰੋਜ਼ ਕੋਸ਼ਿਸ਼ ਕਰਨਾ ਕਿ ਤੁਹਾਡੇ ਵਾਸਤੇ ਜਨਾਬ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂ, ਅਤੇ ਅੱਜ ਵੀ ਜਨਾਬ ਮੈਂ ਲੈ ਕੇ ਆਇਆ। ਆਹ ਮੇਰੇ ਅੱਗੇ ਜਨਾਬ ਦੋ ਝੋਟੀਆਂ ਖੜੋਤੀਆਂ ਨੇ, ਇਹ ਫੰਡਰਾਂ ਨੇ ਜਨਾਬ, ਅਤੇ ਆਹ ਕੈਮਰਾਮੈਨ ਸਾਹਿਬ ਝੋਟੀ ਨੰਬਰ ਇੱਕ ਤੋਂ ਜਨਾਬ ਸ਼ੁਰੂ ਕਰੋ, ਅਤੇ ਬਾਕੀ ਜਨਾਬ ਕਰ ਲੈਂਦੇ ਹਾਂ ਭਾਅ ਜਾਫਰ ਨਾਲ ਗੱਲ। ਇਹ ਜਨਾਬ ਝੋਟੀ ਨੰਬਰ ਇੱਕ, ਤੁਸੀਂ ਵੇਖ ਰਹੇ ਜੇ ਇਹਦਾ ਕੀ ਹਿਸਾਬ ਕਿਤਾਬ ਹੈ, ਕੀ ਨਹੀਂ ਹੈ, ਕਿੰਨੀ ਇਹਦੀ ਉਮਰ ਹੈ, ਇਹ ਜਨਾਬ ਆਪਾਂ ਪੁੱਛਾਂਗੇ ਭਾਅ ਜਾਫਰ ਨੂੰ। ਅਤੇ ਇਹ ਆਪਣਾ ਵਿਖਾਓ ਜੀ ਤਸੱਲੀ ਨਾਲ ਸਵਾਰ ਕੇ, ਕੋਈ ਕਿਸੇ ਕਿਸਮ ਦੀ ਇਹਦੇ 'ਚ ਕਮੀ ਪੇਸ਼ੀ ਨਹੀਂ ਛੱਡਣੀ, ਕਿਉਂਕਿ ਜੱਟ ਲੋਕ ਬੇਲੀ ਜਨਾਬ ਆਪਣੇ ਜਿਹੜੇ ਨੇ ਉਹ ਫਿਰ ਕਹਿੰਦੇ ਨੇ ਕਿ ਅਰਸ਼ਾ ਯਾਰ ਉਹ ਫਲਾਣੀ ਸ਼ਾਇਦ ਤੂੰ ਦੁਬਾਰਾ ਵਿਖਾਵੇਂ, ਅਤੇ ਫਿਰ ਸਾਨੂੰ ਪਤਾ ਲੱਗੇ ਵੀ ਇਹ ਕੀ ਸ਼ਾਇ ਸੀ ਅਤੇ ਕੀ ਨਹੀਂ ਸੀ। ਇਹ ਜਨਾਬ ਤੁਸੀਂ ਵੇਖ ਰਹੇ ਜੇ ਇਸ ਝੋਟੀ ਦਾ ਜਨਾਬ ਕੀ ਹਿਸਾਬ ਕਿਤਾਬ ਹੈ, ਇਹ ਜਨਾਬ ਮੈਂ ਕਰ ਲਵਾਂਗਾ ਭਾਅ ਜਾਫਰ ਨਾਲ ਗੱਲ। ਅਤੇ ਲੈਣੇ ਦੇਣੇ ਜਨਾਬ ਮੁਕੱਦਰ ਹੁੰਦੇ ਨੇ। ਅਰਸ਼ਦ ਅਲੀ ਟੀ ਵੀ ਚੈਨਲ ਜਨਾਬ ਤੁਹਾਡੇ ਵਾਸਤੇ ਬ੍ਰਾਂਡ ਚੀਜ਼ਾਂ ਪਾਉਂਦਾ ਅਤੇ ਬ੍ਰਾਂਡ ਹੀ ਜਨਾਬ ਆਪਣਾ ਗੱਲਾਂ ਕਰਦਾ ਅਤੇ ਖਰੀਆਂ ਜਨਾਬ। ਇਹ ਤੁਸੀਂ ਵੇਖ ਰਹੇ ਜੇ ਝੋਟੀ ਨੰਬਰ ਇੱਕ। ਉਸ ਤੋਂ ਬਾਅਦ ਕੈਮਰਾਮੈਨ ਸਾਹਿਬ ਇਸ ਝੋਟੀ ਦੀ ਮੈਂ ਕਰਾਂਗਾ ਭਾਅ ਜਾਫਰ ਨਾਲ ਗੱਲ। ਅਤੇ ਆਹ ਝੋਟੀ ਨੰਬਰ ਦੋ ਤੁਸੀਂ ਵਿਖਾਓ। ਇਹ ਜਨਾਬ ਝੋਟੀ ਨੰਬਰ ਦੋ, ਇਹ ਵੀ ਜਨਾਬ ਆਪਾਂ ਪੁੱਛ ਲਾਂਗੇ ਭਾਅ ਜਾਫਰ ਨੂੰ, ਕਿਉਂਕਿ ਕਈਆਂ ਮੇਰੇ ਬੇਲੀਆਂ ਨੇ ਜਨਾਬ ਮੈਨੂੰ ਗੱਲ ਕੀਤੀ ਹੈ ਕਿ ਕਿਹੋ ਯਾਰ ਸਾਨੂੰ ਦੋ ਤਿੰਨ ਇਕੱਠੀਆਂ ਲੱਭ ਕੇ ਦੇ। ਇਹ ਜਨਾਬ ਮੈਂ ਦੋ ਇਕੱਠੀਆਂ ਤੁਹਾਨੂੰ ਵਿਖਾ ਰਿਹਾ। ਇਹਨਾਂ ਦਾ ਜਨਾਬ ਜਿਹੜਾ ਵੀ ਹਿਸਾਬ ਹੈ ਉਹ ਮੈਂ ਭਾਅ ਜਾਫਰ ਨਾਲ ਕਰ ਲੈਣਾ, ਅਤੇ ਕੈਮਰਾਮੈਨ ਸਾਹਿਬ ਤੁਸੀਂ ਇਹਨੂੰ ਵਿਖਾਓ ਅਤੇ ਝੋਟੀ ਨੰਬਰ ਇੱਕ ਤੋਂ ਮੈਂ ਸ਼ੁਰੂ ਕਰਾਂਗਾ। ਸਲਾਮ ਅਲੈਕਮ ਜੀ। ਵਾਲੇਕਮ ਸਲਾਮ ਜੀ। ਭਾਅ ਜਾਫਰ ਉਹ ਜਿਹੜੀ ਪਰਲੀ ਇਕੱਠੀ ਨੰਬਰ ਇੱਕ ਹੈ ਜੀ, ਉਹ ਇਹ ਦੱਸਣਾ ਜੇ ਵੀ ਉਹ ਫੰਡਰ ਹੈ ਜੀ? ਉਹ ਫੰਡਰ ਹੈ ਹਾਲੇ ਤੱਕ। ਅੱਛਾ, ਉਹ ਯਾਨੀ ਕਿ ਫੰਡਰ ਹੈ, ਅਤੇ ਉਹਦੀ ਕੋਈ ਉਮਰ ਦਾ ਤਕਾਜ਼ਾ? ਉਮਰ ਜੀ ਹੁੰਦੀ ਹੈ 12 ਤਰੀਕ, ਆਪਾਂ ਲਿਖਿਆ ਤਾਂ ਹੈ ਕਦੇ ਨੇ ਵੀ 21 ਤਰੀਕ ਨੂੰ ਮਾਇਸ਼ ਹੋਈ ਹੈ, ਅਤੇ ਕੀ ਹਿਸਾਬ ਕਿਤਾਬ? ਇਹ ਸਾਡਾ ਜੱਟਾਂ ਲੋਕਾਂ ਦਾ ਅੰਦਾਜ਼ਾ ਹੀ ਹੁੰਦਾ, 2.5-3 ਸਾਲ ਹੈ ਜੀ ਇਹਦੀ ਉਮਰ। ਵੈਸੇ ਪੂਜਾ ਤੈਅ ਪੂਜੀ ਖੜੀ ਹੈ, ਹੁਣ ਨਵੇਂ ਦੁੱਧ ਅੱਜ ਹੋ ਜਾਵੇ, 10 ਦਿਨਾਂ ਨੂੰ ਹੋ ਜਾਵੇ, ਮਹੀਨੇ ਨੂੰ ਹੋ ਜਾਵੇ, ਇਹ ਮਾਲਕਾਂ ਦੇ ਮੁਕਦਰਾਂ ਦੀ ਗੱਲ ਹੈ। ਅੱਛਾ, ਠੀਕ ਹੋ ਗਿਆ ਜੀ। ਇਹ ਝੋਟੀ ਨੰਬਰ ਇੱਕ ਜਨਾਬ ਜਿਹੜੀ ਆਪਾਂ ਕੈਮਰਾਮੈਨ ਤੁਹਾਨੂੰ ਵਿਖਾ ਰਿਹਾ, ਇਹਦੀ ਮੈਂ ਗੱਲ ਭਾਅ ਜਾਫਰ ਨਾਲ ਕਰਦਾ ਪਿਆ। ਇਹਦੇ ਹੁਣ ਭਾਅ ਜਾਫਰ ਗੱਲ ਇਹ ਵੀ ਇਹਦੇ ਜਿਹੜੇ ਪੈਸੇ ਨੇ ਉਹ ਕਿੰਨੇ ਨੇ? ਇਹਦੇ ਜੀ ਪੈਸੇ ਜੀ ਗੱਲ ਇਹ ਕਿ ਬਾਕੀ ਤੁਸੀਂ ਵੇਖ ਲਈਏ ਜੀ, ਪਿਓਰ ਨੀਲੀ ਦੀ ਹੈ, ਆਰ ਪਾਰ ਸਾਰੇ ਜਿਹੜੇ ਨੇ ਉਹ ਮੱਝਾਂ ਵਾਲੇ ਨੇ, ਅੱਲਾ ਦੀ ਮਿਹਰਬਾਨੀ ਨਾਲ, ਪੈਰ ਚਿੱਟੇ ਥੋੜ੍ਹੇ ਥੋੜ੍ਹੇ, ਮੁੱਛ ਬੱਗੀ, ਇਹੀ ਹਿਸਾਬ ਕਿਤਾਬ ਮੁੜ ਜਿਹੜੇ ਹੋਣੇ ਚਾਹੀਦੇ ਨੇ, ਸ਼ੌਕੀਨ ਬੰਦੇ ਜਿਹੜੇ ਇਹ ਚੀਜ਼ਾਂ ਪਸੰਦ ਕਰਦੇ ਨੇ ਉਹ ਸਾਰੇ ਇਹਦੇ 'ਚ ਪੂਰੇ ਕਲੀਅਰ ਨੇ। ਅਤੇ ਮੁੱਲ ਜੀ ਇਹਦਾ ਫਾਈਨਲ ਜਾਂ ਬਿਲਕੁਲ ਜਿਹੜਾ ਉਹ 75,000 ਰੁਪਈਆ ਜੀ। ਅੱਛਾ, 75,000 ਦੀ ਇਹ ਤੁਸੀਂ ਕਹਿ ਰਹੇ ਹੋ ਕਿ ਅਸੀਂ ਦੇਵਾਂਗੇ ਜੀ? ਜੀ, ਇਹਦੇ ਵਿੱਚ ਕੋਈ ਮਾੜੀ ਮੋਟੀ ਹਵਾ ਵੀ ਕੱਢਾਂਗੇ? ਹੋ ਜਾਸੀ, ਹੋ ਜਾਸੀ, ਕੋਈ ਥੋੜ੍ਹਾ ਬਹੁਤ ਹੋ ਜਾਸੀ। ਆਪਾਂ ਹੁਣ ਮੁੱਲ ਇਵੇਂ ਦੀਆਂ ਝੋਟੀਆਂ ਦੇ ਦੋ ਤਕਰੀਬਨ 1.40, 1.30, 10 ਤੋਂ ਘੱਟ ਤਾਂ ਕੋਈ ਰੇਟ ਕਰਦਾ ਹੀ ਨਹੀਂ ਨਾ। ਆਪਾਂ ਉਹ ਹੀ ਰੇਟ ਕੀਤਾ ਕਿ ਵੀ ਜਿਹੜਾ ਆਪਾਂ ਨੂੰ ਕੋਲਾਮਾ ਨਾ ਆਵੇ ਕਿ ਬਈ ਇਹ ਕੀ ਕਰ ਛੱਡਿਆ ਜੇ, ਫੰਡਰਾਂ ਦਾ ਕੀ ਕਰ ਛੱਡਿਆ ਜੇ। ਠੀਕ ਹੋ ਗਿਆ। ਹੁਣ 60,000 ਦੀਆਂ ਤੇ 60,000 ਦੀ ਤੇ ਵੈਸੇ ਛੁਰੀ ਚ ਵਜ਼ਨ ਦੇ ਹਿਸਾਬ ਨਾਲ ਦੇਈਏ ਨਾ, 60,000 ਦਿਨ ਦਾ ਗੋਸ਼ਾ ਤੇ 4 ਮਣ ਵਜ਼ਨ ਹੈ ਜੀ ਇਹਦਾ। ਅੱਛਾ ਜੀ, ਤੇ ਇਹ ਜਿਹੜੀ ਇਹਦੇ ਅੱਗੇ ਖਲੋਤੀ ਹੈ ਜੀ, ਇਹਦਾ ਕੀ ਹਿਸਾਬ ਹੈ? ਇਹਦਾ ਜੀ 55,000 ਰੁਪਈਆ ਹੈ ਜੀ। ਬਾਕੀ ਜੋ ਤੁਹਾਡੇ ਸਾਹਮਣੇ ਧੁੰਨੀ ਕੁੜੀ ਤੋਂ ਇਹ ਵੀ ਸਾਫ਼ ਹੈ, ਬਚੀ ਹੋਈ ਹੈ, ਪੁਸ਼ਲ ਡੋਰ ਵਰਗਾ ਹੈ, ਮੂੰਹ ਚੋਂ ਖੀਰੀ ਹਾਲੇ ਤੱਕ, ਇਹਦੀ ਕੋਈ 2 ਸਾਲ ਉਮਰ ਹੈ, 2.25 ਸਾਲ ਉਸੀ। ਠੀਕ ਹੋ ਗਿਆ। ਅਤੇ ਇਹਦਾ ਕਿੰਨਾ? 55,000 ਹੈ ਇਹਦਾ ਜੀ। 55,000। ਠੀਕ ਹੋ ਗਿਆ ਜੀ। ਨੰਬਰ ਦੋਸਤੋ ਡਿਸਕ੍ਰਿਪਸ਼ਨ ਦੇ ਵਿੱਚ ਹੋਵੇਗਾ ਜਨਾਬ, ਅਤੇ ਮੈਂ ਉਮੀਦ ਕਰਾਂਗਾ ਕਿ ਮੇਰੀ ਇਹ ਅੱਜ ਵਾਲੀ ਵੀਡੀਓ ਵੀ ਤੁਹਾਨੂੰ ਪਸੰਦ ਆਵੇਗੀ, ਅਤੇ ਮੇਰੀ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਜਨਾਬ ਕਰੋ ਸਬਸਕ੍ਰਾਈਬ, ਅਤੇ ਬੈੱਲ ਆਈਕਾਨ ਦੇ ਬਟਨ 'ਤੇ ਮਾਰੋ ਹੱਥ, ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚੇ, ਅਤੇ ਤੁਸੀਂ ਜਨਾਬ ਉਹ ਵੀਡੀਓ ਵੇਖ ਸਕੋ। ਮਿਲਾਂਗੇ ਅਗਲੀ ਵੀਡੀਓ 'ਚ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।